ਦਰਸ਼ਕੋ ਪੰਜਾਬੀ ਮੂਵੀ ਇੰਡਸਟਰੀ ਦਾ ਲੈਵਲ ਅੱਜ ਬਹੁਤ ਉੱਚਾ ਹੋ ਚੁੱਕਿਆ ਹੈ। ਪੰਜਾਬੀ ਮੂਵੀਜ਼ ਆਏ ਦਿਨ ਰਿਲੀਜ਼ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 6 ਮਾਰਚ 2020 ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਮੂਵੀ ਜੋਰਾ ਦਾ ਸੈਕਿੰਡ ਚੈਪਟਰ ਦੇ ਟ੍ਰੇਲਰ ਬਾਰੇ। ਇਹ ਮੂਵੀ 2017 ਵਿੱਚ ਆਈ ਜੋਰਾ 10 ਨੰਬਰੀ ਦਾ ਸੀਕੁਅਲ ਹੈ। ਇਸ ਮੂਵੀ ਦੇ ਟ੍ਰੇਲਰ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਇੱਕ ਮਲਟੀ ਸਟਾਰਰ ਮੂਵੀ ਹੈ ਜਿਹਦੇ ਵਿੱਚ ਦੀਪ ਸਿੱਧੂ, ਜਪਜੀ ਖੈਰਾ, ਗੁੱਗੂ ਗਿੱਲ, ਧਰਮਿੰਦਰ, ਮਾਹੀ ਗਿੱਲ, ਆਸ਼ੀਸ਼ ਦੁੱਗਲ ਤੇ ਹੌਬੀ ਧਾਲੀਵਾਲ ਤੇ ਕਈ ਹੋਰ ਪੰਜਾਬੀ ਐਕਟਰ ਸਾਨੂੰ ਨਜ਼ਰ ਆਣਗੇ। ਇਸ ਮੂਵੀ ਵਿੱਚ ਪੰਜਾਬੀ ਸਿੰਗਰ ਸਿੰਘਾ ਨੂੰ ਵੀ ਇੰਟਰੋਡਿਊਸ ਕੀਤਾ ਗਿਆ ਹੈ। ਇਸ ਮੂਵੀ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ ਅਮਰਦੀਪ ਸਿੰਘ ਗਿੱਲ ਨੇ। ਇਹ ਮੂਵੀ ਰਿਲੀਜ਼ ਹੋਏਗੀ 6 ਮਾਰਚ 2020 ਨੂੰ। ਇਸ ਮੂਵੀ ਦੇ ਟ੍ਰੇਲਰ ਨੂੰ ਦੇਖ ਕੇ ਜੇ ਅਸੀਂ ਸਟੋਰੀ ਦਾ ਅੰਦਾਜ਼ਾ ਲਗਾਈਏ ਤਾਂ ਇਹ ਲੱਗਦਾ ਹੈ ਕਿ ਇੱਕ ਐਕਸ਼ਨ ਥ੍ਰਿਲਰ ਮੂਵੀ ਹੈ ਜੋ ਕਿ ਪੰਜਾਬ ਦੇ ਲੋਕਲ ਗੈਂਗਸਟਰਸ, ਪੁਲਿਸ ਵਾਲੇ ਤੇ ਪੋਲੀਟੀਕਲ ਲੀਡਰਸ ਦੀ ਕਹਾਣੀ ਤੇ ਆਧਾਰਿਤ ਹੈ। ਜੋਰਾ ਦੇ ਸੈਕਿੰਡ ਚੈਪਟਰ ਦੇ ਟ੍ਰੇਲਰ ਨੂੰ ਤਾਂ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਹੁਣ ਦੇਖਣਾ ਇਹ ਹੋਏਗਾ ਕਿ ਜਦੋਂ ਇਹ ਮੂਵੀ 6 ਮਾਰਚ ਨੂੰ ਰਿਲੀਜ਼ ਹੋਏਗੀ ਤਾਂ ਲੋਕੀ ਇਸ ਨੂੰ ਕਿੰਨਾ ਕੁ ਪਿਆਰ ਦਿੰਦੇ ਨੇ।